ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸੋ ਪਹੁੰਚੇ ਹਾਂ ਜੀ ਲੁਧਿਆਣੇ PSU ਕਿਸਾਨ ਮੇਲੇ ਤੇ ਤੇ ਬਹੁਤ ਰੌਣਕ ਮੇਲਾ ਪਿਛਲੇ ਸਾਲ ਨਾਲੋਂ ਕਾਫੀ ਹੱਦ ਤੱਕ ਵੱਧ ਰੌਣਕ ਮੇਲਾ ਦੇਖਿਆ ਜਾ ਰਿਹਾ ਇਕੱਠ ਲੋਕਾਂ ਦਾ ਤੇ ਹਰ ਇੱਕ ਫਿਰ ਆਪਾਂ ਫਰਮ ਦੇ ਵਿੱਚ ਜਾ ਕੇ ਆਏ ਹਾਂ। ਬਹੁਤ ਵਧੀਆ ਰਿਸਪੌਂਸ ਆ ਸਭ ਪਾਸੇ, ਬਹੁਤ ਵਧੀਆ ਬੁਕਿੰਗਾਂ ਹੋ ਰਹੀਆਂ। ਆਇਆਂ ਨੂੰ ਹੋ ਗਏ ਸਾਨੂੰ 2-3 ਘੰਟੇ ਵੱਧ ਹੋ ਗਏ ਟਾਈਮ ਉਹਦੇ ਨਾਲੋਂ, ਤੇ ਸਭ ਪਾਸੇ ਇੰਪਲੀਮੈਂਟ ਦੇਖ ਰਹੇ ਹਾਂ। ਰੂਟਾਵੀਟਰ ਦੇਖਿਆ, ਸੁਪਰ ਸੀਟਰ ਦੇਖਿਆ, ਬਹੁਤ ਕੁਆਲਿਟੀਆਂ ਦਾ ਫਰਕ ਪੈ ਗਿਆ, ਬੜਾ ਸੁਧਾਰ ਹੋ ਗਿਆ ਪਹਿਲਾਂ ਨਾਲੋਂ। ਕੀਮਤ ਵੀ ਦਿਖਾਵਾਂਗੇ ਤੁਹਾਨੂੰ ਜਿੱਥੇ ਤੱਕ ਆਪਾਂ ਨੇ ਮੇਨ ਕੈਪਚਰ ਕਰੇ ਹੈ। ਸੋ ਪਹੁੰਚਿਆ ਹੁਣ ਸਾਧੂ ਸਿੰਘ ਇੰਪਲੀਮੈਂਟ 'ਤੇ, ਆ ਜਾਓ ਤਵੀਆਂ ਦਿਖਾਈਏ ਤੁਹਾਨੂੰ ਇੱਕ ਵਾਰ ਆਪਾਂ। ਸੋ ਜਿਹੜੀਆਂ ਤੁਸੀਂ ਸਾਹਮਣੇ ਤਵੀਆਂ ਦੇਖ ਰਹੇ ਹਾਂ, 225 ਹੌਸ ਪਾਵਰ, 200 ਹੌਸ ਪਾਵਰ ਘੱਟੋ ਘੱਟ, ਅਤੇ ਤੁਸੀਂ ਤਵੀਆਂ ਦੇਖ ਸਕਦੇ ਹੋ। ਬੱਲਾ ਬੱਲਾ ਬੱਲਾ, ਉੱਪਰ ਨੂੰ ਮੂੰਹ ਕਰਕੇ ਦੇਖਣੀਆਂ ਪੈਣੀਆਂ ਇਹਨਾਂ ਨੂੰ। 200 ਹੌਸ ਪਾਵਰ ਦੀ ਟਰੈਕਟਰ ਦੀ ਰਿਕੁਆਇਰਮੈਂਟ ਹੈ। ਅਤੇ ਬਾਕੀ ਨੰਬਰ 2 ਗੱਲ ਇੱਦਾਂ ਵੀ ਇਹ ਤਵੀ ਦੀ ਇਕੱਲੀ ਇਕੱਲੀ ਮਤਲਬ ਹੱਬ ਹੈ, ਤੁਸੀਂ ਦੇਖ ਸਕਦੇ ਹੋ ਇਕੱਲੀ ਇਕੱਲੀ ਤਵੀ ਦੀ ਅਲੱਗ ਅਲੱਗ ਹੱਬ ਹੈ। ਕੀਮਤ ਦਾ ਕੋਈ ਆਈਡੀਆ ਨਹੀਂ, ਵੈਸੇ ਇੰਡੀਆ ਵਾਸਤੇ ਤਾਂ ਹੈ ਨਹੀਂ, ਇਹ ਐਕਸਪੋਰਟ ਮਾਡਲ ਹੈ, ਐਗਜੀਬਿਸ਼ਨ ਵਾਸਤੇ ਲੱਗਿਆ ਹੋਇਆ ਇੱਥੇ। ਅਤੇ ਚੱਲਦੇ ਹਾਂ ਆਪਾਂ ਅੱਗੇ, ਹੋਰ ਦਿਖਾਉਂਦੇ ਇੰਪਲੀਮੈਂਟ ਤੁਹਾਨੂੰ। ਅਤੇ ਆਹ ਜਿੱਥੇ ਤੱਕ ਆਈਡੀਆ, ਸੇਮ ਟੂ ਸੇਮ ਟਰਾਲੀ ਦੀ ਮੱਛੀ ਉੱਕ ਵਰਗੇ ਸਿਸਟਮ ਬਣਾਇਆ, ਲੰਬਾਈ ਚੜਾਈ ਆਈਡੀਆ ਵੀ ਆਪਣੇ ਤਾਂ ਛੇਤੀ ਛੇਤੀ ਮੁੜਨ ਵੀ ਨਾ ਇਹ। ਅਤੇ ਅੱਗੇ ਹੈਰੋਆਂ ਲੱਗੀਆਂ ਹੋਈਆਂ ਨੇ ਆਹ ਤਵੀਆਂ ਦਾ, ਇਹ ਸੈੱਟ 3,01,000 ਕੀਮਤ ਹੈ ਇਹਨਾਂ ਦੀ। 11 ਦੀਆਂ ਤਵੀਆਂ ਨੇ, ਹਾਈਡਰੋਲਿਕ ਸੈਂਟਰ 'ਚ ਹਿੱਸਾ ਜਿਹਦੇ, ਅਤੇ ਅੱਗੇ ਜਿੰਦਾ ਪਿਆ ਪਲਾਓ ਹਲ ਟਿਲਰ ਸਾਰੇ 50,000 ਤੋਂ ਟਿਲਰ, ਆਹ ਤੋਤਾ ਹਲ ਕਹਿ ਦਿੰਦੇ ਆਪਾਂ 49,000 ਦੇ ਹਲ। ਅਤੇ ਅੱਗੇ ਆ ਗਿਆ ਬਲੈਕ ਸਟੈਲੀਅਨ, ਅਤੇ ਬਲੈਕ ਸਟੈਲੀਅਨ ਦੇ ਰੂਟਾਵੀਟਰ ਸੁਪਰ ਸੀਟਰ ਸੋਰੀ ਅਤੇ ਲੇਜ਼ਰ ਕਰਾ ਖੜੇ ਨੇ ਜੀ। ਸੁਪਰ ਸੀਟਰ ਦੀ ਕੀਮਤ 255 ਲਿਖੀ ਹੋਈ ਹੈ, 8 ਫੁੱਟ ਦੀ, ਸਬਸਿਡੀ ਅਪਰੂਵਡ ਹੈ। ਅਤੇ ਅੱਗੇ ਲੇਜ਼ਰ ਲੈਵਲ ਦੀਆਂ ਪਾਕਟਾਂ, 3,20,000 ਰੁਪਇਆ ਲੇਜ਼ਰ ਲੈਵਲ 8 ਫੁੱਟਾ ਜਿਹਦੇ, ਇਹ ਪਾਵਰ ਮਾਸਟ ਆਟੋਮੈਟਿਕਲੀ ਵਾਲਾ ਵੀ ਮੋਟਰ ਨੇ ਘੁਮਾਉਣਾ ਪਾਵਰ ਮਾਸਟ, ਦੂਜੇ ਲੋਡ ਦੀ ਹੈ, ਆਪਾਂ ਜਿਵੇਂ ਤਰਕੰਡੀ ਮਾਂ ਗੇੜਾ ਦਿੰਦੇ ਹਾਂ ਉਸ ਤਰ੍ਹਾਂ ਨਹੀਂ ਆਇਆ। ਅਤੇ ਅੱਗੇ ਰੂਟਾਵੀਟਰ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਹੋਰ, ਸਾਡੇ ਨਾਲ ਰਾਹੁਲ ਸਰ ਨੇ ਜੋ ਇੱਥੇ PSU ਮੇਲੇ ਨੂੰ ਫੀਲ ਕਰ ਰਹੇ ਨੇ। ਸਰ ਕਿਵੇਂ ਚੱਲ ਰਿਹਾ ਜੀ ਇਸ ਟਾਈਮ ਰਿਸਪੌਂਸ? ਜੈਸੇ ਆਪਨੇ ਅਭੀ ਤੇ ਦੇਖਾ ਹੈ, ਸੁਬਹ ਸੇ ਲੈ ਕੇ ਸ਼ਾਮ ਤੱਕ, ਅਭੀ ਦੁਪਹਿਰ ਹੋ ਚੁੱਕੀ ਹੈ। ਹਾਂਜੀ ਹਾਂਜੀ। ਤੋ ਮਹਿੰਦਰਾ ਕਾ ਯੇ ਸਟਾਲ ਪਰ ਮਤਲਬ ਇਤਨੇ ਕਸਟਮਰ ਆ ਰਹੇ ਹੈ ਜੋ ਹਮਾਰੀ ਟੈਕਨੋਲੋਜੀ ਕੋ, ਹਮਾਰੇ ਟ੍ਰੈਕਟਰਸ ਕੋ ਇਤਨਾ ਪਸੰਦ ਕਰ ਰਹੇ ਹੈ ਜੀ, ਔਰ ਇਤਨਾ ਅੱਛਾ ਰਿਸਪੌਂਸ ਮਿਲ ਰਹਾ ਹੈ ਹਮਾਰੇ ਟ੍ਰੈਕਟਰ ਕੋ, ਔਰ ਜਿਤਨੇ ਵੀ ਹਮਾਰੇ ਯਹਾਂ ਪੇ ਡਿਸਪਲੇ ਖੜੇ ਹੋਏ ਹੈਂ। ਸਰ ਕਿਹੜੇ ਕਿਹੜੇ ਮਾਡਲ ਲੈ ਕੇ ਆਏ ਅੱਜ ਆਪਾਂ ਡਿਸਪਲੇ ਲਈ? ਹਮ ਯਹਾਂ ਪਰ ਲਾਏ ਹੈ ਆਪਣਾ 585 UOTEC, 575 UOTEC ਜੀ, 605 DIPS ਹੈ ਹਮਾਰੇ ਪਾਸ, 755 AC ਕੈਬਿਨ ਕੇ ਸਾਥ ਹਮ ਯਹਾਂ ਪਰ ਆਏ ਹੈਂ, ਠੀਕ ਹੈ, ਔਰ ਬਿਨਾ AC ਕੈਬਿਨ ਕੇ ਸਾਥ ਵੀ ਹਮਾਰੇ ਪਾਸ 755 ਵਹਾਂ ਪਰ ਖੜਾ ਹੁਆ ਹੈ, 755 ਹੈ CRD CRD ਹਾਂ ਜੀ ਜੀ। ਸੋ ਅਗਰ ਹਮ ਦੇਖੇ ਅਭੀ ਤੋ ਆਪ ਚਾਰੋਂ ਤਰਫ ਦੇਖ ਸਕਤੇ ਹੈ ਕਿਤਨਾ ਅੱਛਾ ਰਿਸਪੌਂਸ ਹਮ ਲੋਗ ਕੋ ਕਸਟਮਰ ਸੇ ਮਿਲ ਰਹਾ ਹੈ ਯਹਾਂ ਪਰ ਇਸ ਐਗਰੀ ਮੇਲੇ ਮੈਂ। ਤੋ ਆਪ ਲੋਗੋ ਕਾ ਹਮ ਲੋਗ ਕੋ ਸਪੋਰਟ ਔਰ ਮਿਲੇਗਾ, ਔਰ ਆਨੇ ਵਾਲੇ ਟਾਈਮ ਤੱਕ ਸ਼ਾਮ ਤੱਕ ਹਮਕੋ ਲਗਤਾ ਹੈ ਕਿ ਸਰ ਮੇਲੇ ਲਈ ਅੱਜ ਸਪੈਸ਼ਲ ਆਫਰ ਤੁਸੀਂ ਕੀ ਲੈ ਕੇ ਆਏ ਹੋ? ਮੇਲੇ ਕੇ ਲਈ ਹਮ ਸਪੈਸ਼ਲ ਆਫਰ ਲਾਏ ਹੈ ਜੋ ਹਮਾਰੇ ਆਜ ਸਪੋਟ ਬੁਕਿੰਗ ਹਮ ਲੋਗ ਕਰਤੇ ਹੈ, ਤੋ ਆਜ ਹਮਕੋ ਕਸਟਮਰ ਕੋ ਜੈਸੇ ਹਮਾਰੇ 7.5-8 lakh ਕਾ ਟ੍ਰੈਕਟਰ ਪੜਤਾ ਹੈ ਹਮਾਰਾ 85 UOTEC 4-wheel, ਤੋ ਇਸ ਪੇ ਹਮ ਆਜ ਆਪਕੋ ਸਪੋਟ ਬੁਕਿੰਗ ਪਰ ਯਾ ਡਿਲੀਵਰੀ ਲੈਨੇ ਪਰ 50,000 ਕਾ ਸਪੋਟ ਡਿਸਕਾਊਂਟ ਦੇਂਗੇ ਆਪਕੋ। ਡਿਸਕਾਊਂਟ ਕਿੰਨਾ ਦੇਵੋਗੇ ਜੀ? 50,000 ਕਾ ਅੱਜ ਕੇ ਲਈ। ਸਰ ਇਹਦੇ ਚ ਦੂਸਰੇ 85 ਨਾਲੋਂ ਫਰਕ ਕੀ ਹੈ? इसमें हम 6 साल की वारंटी दे रहे हैं जी, ठीक है, 1800 kg की लिफ्ट है हमारे पास जी जी, ठीक है, और स्लिप टो है इसके अंदर जी, जो हैंड वाला क्लच हम इसको बोलते हैं, इससे कस्टमर को बहुत आसानी होती है कि जब वो एप्लीकेशन या किसी इम्प्लीमेंट पे PTO का इस्तेमाल कर रहा होता है तो इजिली वो चेंज कर सकता है, फुट क्लच का उसको इस्तेमाल करने की। डुअल क्लच आ जाता है? डुअल क्लच, बट डुअल क्लच में भी ये एडवांस टेक्नोलॉजी है, इसमें फुट का यूज नहीं करना, गियर स्पीड के साथ आता है हमारे पे, हाई लो मीडियम जी, मीडियम तो तीनों स्पीड दैट स्पीड के साथ हमारे पास ऑप्शन अवेलेबल है इसमें। ये आप एक बार 755 दिखा दिए सर? हां बिल्कुल। ये मतलब अपना सारा कॉम्बो पैक है जो आप मतलब लग दो? नहीं है, वखरे वखरे डिस्प्ले हमने किए हैं कि हम कंपनी का सुपर सीडर भी आ रहा है अभी, ठीक है, धरती मित्रा के नाम से जी, तो
इसी के साथ हम दिखा रहे हैं कि कैसे अब हम कॉम्बो पैक हम सेल कर सकते हैं कस्टमर्स को और कैसे इससे इनकी इनकम में इजाफा हो सकता है। ठीक है, तो इसलिए हम ये कॉम्बो पैक हम डिस्प्ले कर रहे हैं यहाँ पर कस्टमर्स के लिए, फायदे के लिए और उनको बताने के लिए। कॉम्बो पैक सर, अपने कॉम्बो पैक के जिम्मेदार था कितना का फायदा होने वाला है कॉम्बो पैक के? कॉम्बो पैक से ये आपको एडवांटेज है कि आप महिंद्रा का ही ट्रैक्टर खरीद रहे हैं और महिंद्रा की उपकरण खरीद रहे हैं, उसका जो मैं कह सकता हूं कि तालमेल जो होता है किसी का वो बहुत अच्छा होगा, उसकी वजह से मेंटेनेंस घट होगी, एवरेज अच्छा आएगा। ठीक है, और आपको ट्रैक्टर चलाने में बहुत मजा आएगा, कस्टमर्स को चलाने में मजा आएगा। तो आज कोई भी किसान भाई अगर ट्रैक्टर खरीदता है तो उसको सबसे पहले दिमाग में आता है ट्रैक्टर खरीदना है महिंद्रा का है या किसी और कंपनी का है, तो उसमें मेंटेनेंस कॉस्ट क्या आ रही है, मेंटेनेंस या डीजल की खपत कितनी हो रही है। तो उसमें अन्य कंपनी के मुकाबले हमारा ट्रैक्टर, जितने भी हमने आज ट्रैक्टर डिस्प्ले किए हैं अन्य कंपनी के मुकाबले घट तेल खांदा है। हाँ जी, ये CRD 755 केजी की लिफ्ट है इसकी, 75 हॉर्स पावर का ट्रैक्टर है, 6 साल की वारंटी के साथ, 6 साल की वारंटी, ड्राइव लाइन का पूरा जी, यानी कि ट्रांसमिशन आता है इसमें, इंजन आता है और क्लच आता है, तो हम 6 साल की वारंटी के साथ आ रहे हैं इसमें जी। एसी कैबिन कंपलसरी है देते हैं या अपनो चॉइस है? नहीं, इसमें हमारे पास चॉइस है, हमारे पास एसी कैबिन में है और हमारे पास नॉन एसी कैबिन, वहाँ पे साइड में हमने एक और डिस्प्ले किया हुआ है 755 CRD जी जी। रूटावीटर की स्टार्टिंग, रूटावीटर 9 फुट 1,35,8 1,25 स्ट्रा रिपर 3,65। सो सारिया चीज़ों की जो आप रेट की भी गल करिए तो कीमत पिछले साल नालों अप हुई है थोड़ी थोड़ी, रूटावीटर से देख सकते हैं आप भी कितनी कीमत नहीं जोड़ा फर्क पै गया पिछले साल नालों, पर क्वालिटी देखो तुसी, क्वालिटी पिछले साल नालों होर हैवी करती, इन्हां दे डाई का फर्क पा दें, इन्हां दी प्लेट क्वालिटी का फर्क पा दें, तो अगे सुपर सीटर भी देख सकते हो, इन्हां दे सुपर सीटर भी खड़े हैं, अगे पम्मी संभराले वाले दे। सो जीरो ड्रिल देख रहे हैं, इस बार असं भी सबसिडी भरी हुई है इन्हां दी जीरो ड्रिल की, 13 फाले 78,000, 8,000 मिला डिस्काउंट है, 70,000 दी पै जाणगियां समराले वाले दियां, सबसिडी अप्रूवड ने जी, मतलब हुण जिन्हां दी भरियां होईयां सबसिडियां निकलणगे उदों फिर ये तुसीं लै सकदे हो, खरीद सकदे हो। पम्मी समराला इहदे विच दूजा पोच सिस्टम नहीं हुंदा, मतलब आ डला डुला भरन वास्ते इहदा डिफरेंट हुंदा, क्या करचा रिपर इहनां दा, करचा रिपर दे नाल PAU सरफेस सीटर। यह है जगतजीत जैगलर 813 सुपर सीटर 8 फुटा 270 कीमत है दसी जा रही, वधिया हैवी क्वालिटी बनाई हुई है, तो जगतजीत दे बहुत मतलब इंप्लीमेंटा दे विच सुधार है, बड़ी क्वालिटी बेस्ट है इन्हां दी पहलां तो ही, आ भी सुपर सीटर है इन्हां दा, इन्हां तो बड़ा लगता है, यह भी 8 फुटा सुपर सीटर है। अगे आ गया लेजर करा, हाँ हाँ वो अगे आ गया लेजर करा, इधर तुसी लेजर करा देख सकते हो, ये जगतजीत दे एक नवा प्रोडक्ट है, ये हले ब्रांड न्यू यूनिवर्सिटी के बच्चे आई थिंक इतने अज लॉन्च किया है, ये बाकेट खुलदी बंद होंदी है, तुसी पिछे देख सकते हो, ये एडजस्टेबल है, ये बाकेट बड़ी कर लो छोटी कर लो, तो पिछे घोड़ी वाला सिस्टम है जोड़ा वो जैक के पिछे मिले वो अपन, तो आ घोड़ी का सिस्टम कुछ इस तरीके जिद है भी आह पिन कूँगे आप घोड़ी पिछे निकल जानी है, तो आ बिच पा के जैक में आप डाउन करना तो यह लग जाए, तो वह जैक लग्या होया जोड़ा इनू मतलब बाकड़ में बोलता तो इकट्ठा करता है। रूटावीटर 8 फुट 54 ब्लेड 1,40,000 ब्लेड सैट फ्री है ना, बस तकरीबन रेट का जिम्मे आप गल की है भी थोड़ा बहुत फर्क है, कितने 5,000 वध कितने घट, तो अगे रविंद्रा दे पाकट सिस्टम इन्हों का, हरविंद्रा दी दूजी मिट्टी पट्टन वाली मशीन, Thank you.
ਗਹੀਰ ਤੂੜੀ ਵਾਲੀ ਮਸ਼ੀਨ ਸਟਰਾਅ ਰੀਪਰ ਤੇ ਹਰੇਕ ਵਾਰ ਦੀ ਤਰ੍ਹਾਂ ਮੌਸਮ ਅੱਜ ਵੀ ਗੜਬੜ ਵਾਲਾ ਪੂਰਾ ਤਕਰੀਬਨ ਤੁਸੀਂ ਦੇਖ ਰਹੇ ਹੋ ਬਾਰਿਸ਼ ਮੌਸਮ ਪੂਰੇ ਰੰਗ ਦਿਖਾਉਂਦਾ ਹੋਇਆ ਮੌਸਮ ਪੂਰੇ ਰੰਗ ਦਿਖਾ ਰਿਹਾ ਹਾਂ ਬਿਲਕੁਲ ਜਗਤਜੀਤ ਸੋ ਇੰਪਲੀਮੈਂਟ ਕਿਵੇਂ ਲੱਗੇ ਬਾਈ ਬਹੁਤ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਉਰੇ ਪਹੁੰਚਿਆ ਕਰੋ ਜ਼ਰੂਰ ਜ਼ਰੂਰ ਪਹੁੰਚਿਆ ਕਰੋ ਸਾਰੇ ਵੀਰਾਂ ਨੂੰ ਅਪੀਲ ਹੈ ਬਹੁਤ ਜ਼ਿਆਦਾ ਵਧੀਆ ਚੀਜ਼ ਆ ਅਲੱਗ ਅਲੱਗ ਸੁਝਾਅ ਮਿਲਦੇ ਆ ਤਰ੍ਹਾਂ ਤਰ੍ਹਾਂ ਦੇ ਹਨਾ ਸੱਜਣ ਵੀਰਾਂ ਨਾਲ ਮਿਲ ਕੇ ਅਲੱਗ ਅਲੱਗ ਪੰਜਾਬ ਢੁਕਦਾ ਬਾਈ ਉਰੇ ਸਿੱਧੀ ਜੀ ਗੱਲ ਤਾਂ ਹੈ ਸਾਰਾ ਪੰਜਾਬ ਢੁਕਦਾ ਉਰੇ ਤੇ ਮਤਲਬ ਪੂਰਾ ਇੱਕ ਦਿਨ 'ਚ ਤਾਂ ਨਹੀਂ ਕਵਰ ਹੁੰਦਾ ਜੇ ਬੰਦਾ ਕਰੇ ਪ੍ਰੋਪਰ ਇੱਕ ਦਿਨ 'ਚ ਨਹੀਂ ਵੀ ਦੋ ਦਿਨ ਲੱਗਦੇ ਆ ਜ਼ਰੂਰ ਦੋ ਦਿਨ ਜੇ ਐਨ ਆਰਾਮ ਨਾਲ ਦੇਖਣ ਜੇ ਆਰਾਮ ਨਾਲ ਮਹਿੰਦਰਾ ਟਰੈਕਟਰਸ ਤੇ ਇਸ ਤੋਂ ਬਾਦ BCS ਫਰਾਰੀ ਕੋਈ ਗੱਲ ਸਰ ਸਰ ਆ ਦੱਸਿਓ ਕਿ ਮਸ਼ੀਨ ਕਿਵੇਂ ਵਰਕ ਕਰਦੀ ਹੈ ਕਿਹੜੀ ਕਿਹੜੀ ਫਸਲ ਦੀ ਕਟਾਈ ਕਰਦੀ ਹੈ ਇਹ ਸਰ ਕਣਕ ਝੋਨਾ ਜੌਂ ਆਦੀ ਫਸਲਾਂ ਵੱਢ ਸਕਦੀ ਹੈ ਸਰ ਠੀਕ ਹੈ ਜੀ ਇਹਦਾ ਪਰਪਜ ਇਹ ਆ ਵੀ ਇਹ 4-wheel ਮਸ਼ੀਨ ਆ ਜੀ ਇਹ 4 ਟਾਇਰਾਂ ਵਾਲੀ ਆ 4-wheel drive ਮਸ਼ੀਨ ਆ ਹਾਂਜੀ ਸਰ ਕਿੰਨਾ ਕੁ ਕੰਮ ਕਰ ਦਿੰਦੀ ਇੱਕ ਦਿਨ 'ਚ ਇਹ 1 ਘੰਟੇ ਦਾ 1 ਏਕੜ ਤੇ 1 ਗੋਲਾ ਰੱਸੀ ਦਾ 1 ਲੀਟਰ ਡੀਜ਼ਲ ਦਾ ਖਾਂਦੀ ਹੈ ਜੀ ਆਸਾਨੀ ਨਾਲ ਆਪਾਂ ਮੂਵਮੈਂਟ ਕਰ ਸਕਦੇ ਆ ਥੋੜੀ ਇਹ ਵੀ ਮਤਲਬ ਕਣਕ ਦੀਆਂ ਗੱਠਾਂ ਗੁੱਠਾਂ ਭਰੀਆਂ ਹਾਂਜੀ ਕਣਕ ਵਾਸਤੇ ਵੀ ਹੈ ਜੀ ਹਾਂਜੀ ਇਹ ਆਪਣੇ ਪੰਜਾਬ 'ਚ ਵੀ ਕੋਈ ਸਬਸਿਡੀ ਹੈਗੀ ਇਹਨਾਂ ਤੇ ਜੀ ਸਬਸਿਡੀ ਸਰ ਹੈਗੀ ਆ ਜੀ ਹਾਂਜੀ ਪੰਜਾਬ ਸੂਬੇ ਦੀ ਤੇ ਅੱਗੇ ਆਪਾਂ ਇਹ ਸਰ ਫੋਡਰ ਹਾਰਵੈਸਟਰ ਆਪਣਾ ਹੋ ਗਿਆ ਲਸਣ ਘਾਹ ਹੋ ਗਿਆ ਚੂਲ ਘਾਹ ਹੋ ਗਿਆ ਹਾਂ ਠੀਕ ਹੈ ਜੀ ਤੇ ਹਰੇ ਜਿਹੜੀ 4-5 ਫੁੱਟ ਦੇ ਹਾਈਟ ਦੇ ਪੱਠੇ ਨੇ ਉਹ ਵੱਢ ਸਕਦੇ ਉਹ 4-5 ਦੇ ਫੁੱਟ ਦੇ ਪੱਠਿਆਂ ਨੂੰ ਇਹ ਹਾਂਜੀ 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 ਤੇ ਮਤਲਬ ਕਟਿੰਗ ਕਰੂਗਾ ਤੇ ਇਹਨੇ ਵਿੱਚ ਨੂੰ ਹਾਂਜੀ ਸੈਂਟਰ 'ਚ ਗਿਰੀ ਜਾਣਾ ਨਿਕਲੀ ਜਾਣਾ ਤੇ ਆ ਜਿਹੜੇ ਲਾਏ ਵੇ ਤੁਸੀਂ ਨੇ ਇਹ ਮਤਲਬ ਇਕੱਠਾ ਕਰ ਇਹ ਸਰ ਸਾਈਡ ਤੇ ਗਰੋਵ ਬਣਾਏ ਜਾਂਦੇ ਆ ਗਰੋਵ ਬਣਾਏ ਜਾਂਦੇ ਤੇ ਅੱਗੇ ਆਪਾਂ ਛੋਟੇ ਛੋਟੇ ਦੇਖ ਰਹੇ ਆ ਰੂਟਾ ਬੀਟਰ ਵਾਂਗ ਜਾਂ ਇੱਕ ਤਰ੍ਹਾਂ ਦਾ ਸਿਆੜ ਚਲ ਇਹਨੂੰ ਆਪਾਂ ਕੀ ਕਹਿੰਦੇ ਆ ਜੀ ਸਿਆੜ ਗ੍ਰੇਸ਼ੀਆ ਸਰ ਗ੍ਰੇਸ਼ੀਆ ਮਾਡਲ ਨੇ ਇਹ ਸਰ ਇਹ ਜੀ ਠੀਕ ਹੈ ਜੀ ਇਹ ਗੜਾਈ ਵਾਸਤੇ ਆ ਸਰ ਜਿਵੇਂ ਆਪਣੇ ਬੈੱਡਾਂ ਦੇ ਵਿੱਚ ਚਲਾਉਣ ਵਾਸਤੇ ਜੀ ਹਾਂਜੀ ਸਰ ਉਹਨਾਂ ਵਾਸਤੇ ਆ ਤੇ ਮਤਲਬ ਇਸ ਤੋਂ ਬਾਅਦ ਆਪਾਂ ਅੱਗੇ ਛੋਟਾ ਰੂਟਾ ਬੀਟਰ ਦੇਖ ਰਹੇ ਆ ਆਪਾਂ ਹਾਂਜੀ ਸਰ ਇਹਦੀ ਕੀਮਤ 64000 ਰੁਪਏ ਦੱਸੀ ਵੀ ਆ ਤੇ ਇੰਜਨ ਉਂਜਨ ਕਿੰਨਾ ਜੀ ਇਹਦੇ ਉੱਤੇ ਇੰਜਨ ਸਰ ਇਹਦੇ ਵਿੱਚ 5.5 HP ਦਾ ਇੰਜਨ ਆ ਜੀ ਇਹ 'ਚ ਜੀ ਹਾਂਜੀ ਸਰ ਤੇ ਮਤਲਬ ਹੋਂਡਾ ਇੰਜਨ ਆ ਜੀ ਇਹ ਕਿਹੜੇ ਕਿਹੜੇ ਮਤਲਬ ਉਹਦੇ ਗੜਾਈ ਦੇ ਕੰਮ ਆਉਂਦਾ ਇਹ ਸਰ ਜਿਵੇਂ ਆਪਾਂ ਆਪਣੇ ਗੋਭੀ ਦੇ ਆ ਠੀਕ ਹੈ ਜਾਂ ਆਪਣੇ ਕਿਆਰੀਆਂ ਦੇ ਵਿੱਚ ਫੇਰਨ ਵਾਸਤੇ ਬੈੱਡਾਂ ਦੇ ਵਿੱਚ ਫੇਰਨ ਵਾਸਤੇ ਉਹ ਚੀਜ਼ ਵਾਸਤੇ ਕੰਮ ਆ ਰਹੀ ਹੈ ਤੇ ਸਰ ਇਹਨਾਂ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜੇ ਕਿਹੜੇ ਇੰਪਲੀਮੈਂਟ ਆ ਜਿਹੜੇ ਜਿੱਥੇ ਮਤਲਬ ਇਹ ਸਰ ਜਿੰਨੇ ਵੀ ਇਹ ਗ੍ਰੇਸ਼ੀਆ ਮਾਡਲ ਨੇ ਠੀਕ ਹੈ ਇਹਨਾਂ ਦੇ ਟਾਇਰ ਖੁੱਲ ਕੇ ਸਰ ਬਲੇਡ ਲੱਗ ਸਕਦੇ ਨੇ ਬਲੇਡ ਸਕਦੇ ਹਾਂ ਠੀਕ ਹੈ ਸਾਰਿਆਂ ਤੇ ਮਤਲਬ ਡੀਜ਼ਲ ਇੰਜਨ ਨਹੀਂ ਹਾਂ ਨਹੀਂ ਪੈਟਰੋਲ ਇੰਜਨ ਵੀ ਨੇ ਸਰ ਉਹ ਡੀਜ਼ਲ ਇੰਜਨ ਨੇ ਪਰ ਅੱਛਾ ਪੈਟਰੋਲ ਪਲੱਸ ਡੀਜ਼ਲ ਇੰਜਨ ਜਿਹੜੀ ਬੜੀ ਐਚਪੀ ਚ ਆ ਜਾਂਦਾ ਜਿਹੜਾ ਜ਼ਿਆਦਾ ਕੰਮ ਕਰੂਗਾ ਹਾਂਜੀ ਆਪਾਂ ਦੇਖ ਰਹੇ ਹਾਂ ਤਾਂ ਜ਼ਿਆਦਾ ਵੱਡਾ ਰੋਟਾ ਵਿਟਰ ਵਾਲੇ ਗੱਡਾਸੇ ਦੇ ਤੇ ਇਸ ਤੋਂ ਇਲਾਵਾ ਹੋਰ ਇੱਧਰ ਵੀ ਆਪਣੇ ਕੋਲ ਸਾਰੇ ਇਦਾਂ ਦੀ ਖੇਤੀ ਚ ਵਰਤਣ ਵਾਲੇ ਹਾਂਜੀ ਹਾਂਜੀ ਸਰ ਇਦਾਂ ਦੇ ਨੇ ਸਾਰੇ ਜੀ ਠੀਕ ਹੈ ਇਹ ਆਪਣਾ ਇਹ ਸਰ ਗ੍ਰੇਸ਼ੀਆ ਇਹ ਸਾਰੇ ਇਹ ਸਰ BCS BCS ਇੰਡੀਅਨ ਪ੍ਰਾਈਵੇਟ ਲਿਮਟਿਡ ਹੈ ਜੀ ਠੀਕ ਹੈ ਜੀ ਕੁਹਾੜਾ ਮਾਛੋੜਾ ਰੋਡ ਤੇ ਆ ਲੈਂਡ ਫੋਰਸ ਸੋ ਫਰਟੀਲਾਈਜ਼ਰ ਹੈ ਦਾ ਲੈਂਡ ਫੋਰਸ ਦਾ ਲੈਂਡ ਫੋਰਸ ਦੀਆਂ ਤਵੀਆਂ ਗਿਆਰਾਂ ਗਿਆਰਾਂ ਦਾ ਸੈੱਟ ਹਾਈਡ੍ਰੋਲਿਕ ਸੈਂਟਰ 55 15 ਸਪੀਡਾਂ ਵਾਲਾ ਜੀ 16-28 ਦੇ ਪਿਛਲੇ ਟਾਇਰ ਤੇ ਫਰੰਟ 9-5-24 4x4 ਪਲੱਸ ਰੂਟਾਵੇਟਰ ਬਹੁਤ ਵਧੀਆ ਰਿਸਪੋਂਸ ਮਿਲਿਆ ਟਰੈਕਟਰ ਨੂੰ ਇਸ ਵਾਰ ਮਿਲੇ ਸੀ ਸਵਾ ਗ੍ਰਿਲ ਦੇ ਵਿੱਚ ਸੈੱਟ ਤੇ ਸਲੈਂਸਰ ਕਵਰ ਕਰਤਾ ਇੰਜਨ 'ਚ ਵੀ ਕਹਿੰਦੇ ਥੋੜ੍ਹਾ ਬਹੁਤਾ ਫਰਕ ਹੈ ਵਿੱਚ ਸਤਿ ਸ਼੍ਰੀ ਅਕਾਲ ਜੀ
करारो फ्रांटीसा करारो दा गया नरमा खुशप्रीत कहता अपने तो होंगे नहीं देख ही एक बार है नरमा कि मैं लगता यही होंगे बड़े में जेने बी मैं नौदे नहीं मैं कुछ कह दवा बी दस्यो यही होंगे बड़े में बी यूनिवर्सिटी लुधियाना खेती बाड़ी यूनिवर्सिटी सो इथे आए नहीं भी कल्ली मशीनरी है पशुआ का बहुत वड्डा मेला लगता इथे वैरायटीआं ते झोने दीआं बहुत ज्यादा कैटेगरीआं बड़े बूटे बाटे लोग खरीद के ले जाने कणक दे नवे तो नवे बीज सवा झोने की सीधी बिजाई बीज बिना भ्यो के बिजाई किस्म पी आर 126 बिजाई का समा 10/6/2023 मेले च घूमिया मशीनरी देख के किवें लगया फिर आना चाहिए सब नूं पता लगता चीजां दी नवीं अपडेट की हुंदी रहिंदी है हुण इत्थे समार्ट सीटर के जेडे पिछले साल भी ट्रायल हुए थे इस बार फिर समार्ट सीटर के ट्रायल दिए गए हैं जेडे मतलब सीधी जिमें सुपर सीटर तो बाद समार्ट सीटर आ गए थे अज भी ट्रायल होर जो मतलब एक नाल खर्चे बढ़ता मूरी कुछ होर सिस्टम दाने पोरती है वो वाली चीज़ भी होर नवा नवी मतलब जो कोई भी लॉन्च होनी ने हले मतलब वो नवी सारिया स्टाला इतने लगिया हुई हैं खेतीबाड़ी तो बड़े संद है तो बाकी चलते हूँ घर शाम का टाइम हो गया गर्मी बहुत मीह आ गया मीह चंगा सारी जमीन यूनिवर्सिटी वाली सारे बंडिया होया पक्के सूए बनाए हुए एक तरह के जिन्नी भी उरे जिन्नी भी चल कह सकते जिन्नी भी खेती बाड़ी करते पार्टी विजन नाले नहरी पानी भी रे फर्क बहुत पड़ा आज सब तरह की वैरायटीआं कोई किसी की पहला बिजाई हुई है लेट बिजाई हुई है अच्छा जिहड़ी मतलब दूजे लोट की हुई ने सीधी बिजाई उन्होंने भी चलाने पीन स्प्रे चलाने सौखे ने अपन रेहनियम जो आप करते हैं बड़े बड़े टायर ने उन्हें रेह पाना भी सिखा अपन आदि सारिया आदि हूँ आ भी 131 रुपीज नवा भी दस 10 जून न लगी थी 10 जून यार 131 भी देख जाना भी कि निकले ठीक है जी बाकी चलते हूँ पिंड में टाइम काफ़ी हो गया शाम का टाइम हो गया बहुत वधिया लग्या मेला इंजॉय किया पूरा घूमे फिरे बाकी वीर भी बहुत सज्जन भी बहुत मिले यूट्यूबर बहुत मिले बड़ा कुछ सीखने को मिलता है ये गल सच्ची है इतने बाहर अंदर निकलेंगे तो ही कुछ पता लगता सो अपील है माड़ी मोटी ट्राई तुम भी करा करो घर बैठे तो चलो सब कुछ दिख जाता बाकी बाहर अंदर फील्ड जावे तो वध नॉलेज आती है ठीक है जी मिलते हैं अगले ब्लॉग के नाल देवजात सत श्री अकाल।